It's your Bolly Holly Baba. ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਸਿੱਧ ਕਰਕੇ ਦਿਖਾਊਂਗਾ ਕਿ ਸਾਡੀ ਸੋਚ ਹੀ ਸਾਡੀ ਦੁਸ਼ਮਣ ਆ। ਕਈ ਵਾਰ ਅਸੀਂ ਕਿਸੇ ਆਪਣੇ ਯਾਰ ਦੋਸਤ ਨੂੰ ਯਾਦ ਕਰ ਰਹੇ ਹੁੰਦੇ ਜਿਸ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੁੰਦਾ ਤਾਂ ਉਸਦੀ ਕਾਲ ਆ ਜਾਂਦੀ ਆ। ਕਹਿੰਦੇ ਹੈ ਅਗਰ ਕਿਸੀ ਚੀਜ਼ ਕੋ ਦਿਲ ਸੇ ਚਾਹੋ ਤੋ ਪੂਰੀ ਕਾਇਨਾਤ ਉਸੇ ਤੁਮਸੇ ਮਿਲਾਨੇ ਕੀ ਕੋਸ਼ਿਸ਼ ਮੇਂ ਲੱਗ ਜਾਤੀ ਹੈ। ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਸਾਡੀ ਸੋਚ ਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਆ? ਜੇਕਰ ਨਹੀਂ ਜਾਣਦੇ ਤਾਂ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਇਹ ਸਿੱਧ ਕਰਕੇ ਦਿਖਾਊਂਗਾ ਕਿ ਸਾਡੀ ਸੋਚ ਹੀ ਸਾਡੀ ਦੁਸ਼ਮਣ ਆ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਤੇ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦੇਵਾਂ। ਮੇਰਾ ਨਾਮ ਆ ਜਗਮੀਤ ਬਰਾੜ, ਮੈਂ ਇੱਕ ਪ੍ਰੋਫੈਸ਼ਨਲ ਯੂਟਿਊਬਰ ਹਾਂ ਅਤੇ ਮੋਟੀਵੇਸ਼ਨਲ ਸਪੀਕਰ ਹਾਂ। ਸੋ ਦੋਸਤੋ ਆਪਾਂ ਅੱਜ ਦੀ ਵੀਡੀਓ ਵਿੱਚ ਆਪਣੀ ਸੋਚ ਬਾਰੇ ਗੱਲ ਕਰਾਂਗੇ ਅਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਬੈਨੀਫਿਸ਼ਲ ਹੋਊਗੀ ਜੇ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਦੇ ਹੋ। ਪਰ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਜੇਕਰ ਆਪਣਾ ਚੈਨਲ ਇੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈੱਲ ਦੇ ਬਟਨ 'ਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ ਹੁਣ ਤੁਹਾਡਾ ਯਾਰ ਸਮਾਂ ਨਾਲ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਆਪਣੀ ਸੋਚ ਹੀ ਆਪਣੀ ਦੁਸ਼ਮਣ ਆ। ਤਾਂ ਦੋਸਤੋ ਮੈਂ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੂੰਗਾ। ਕਾਫੀ ਵਾਰ ਜਦੋਂ ਅਸੀਂ ਘਰੋਂ ਤੁਰਨ ਲੱਗਦੇ ਤਾਂ ਸਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਯਾਰ ਕਿਤੇ ਅੱਜ ਬਹੁਤ ਜ਼ਿਆਦਾ ਟ੍ਰੈਫਿਕ ਨਾ ਹੋਵੇ, ਅਸੀਂ ਟ੍ਰੈਫਿਕ 'ਚ ਨਾ ਫਸ ਜਾਈਏ, ਸਾਡੀ ਕਾਰ ਨਾ ਖਰਾਬ ਹੋ ਜਾਏ ਜਾਂ ਸਾਨੂੰ ਰੈੱਡ ਲਾਈਟਸ ਨਾ ਮਿਲ ਜਾਣ, ਜਾਂ ਅਸੀਂ ਜੇਕਰ ਐਗਜ਼ਾਮ ਦੇਣ ਜਾ ਰਹੇ ਹੁੰਦੇ ਹਾਂ ਤਾਂ ਸਾਨੂੰ ਇਹ ਹੁੰਦਾ ਕਿ ਅਸੀਂ ਕਿਤੇ ਯਾਰ ਪੇਪਰ ਦੇਣ 'ਚ ਲੇਟ ਨਾ ਹੋ ਜਾਈਏ ਜਾਂ ਸਾਡਾ ਪੇਪਰ ਰਹਿ ਨਾ ਜਾਵੇ। ਸੋ ਇਸ ਤਰ੍ਹਾਂ ਦੇ ਸਵਾਲ ਆਉਂਦੇ ਆ ਅਤੇ ਕਈ ਵਾਰ ਆਪਾਂ ਦੇਖਿਆ ਕਿ ਬਿਲਕੁਲ ਉਸੇ ਤਰ੍ਹਾਂ ਹੀ ਹੁੰਦਾ। ਸੋ ਆਪਾਂ ਸੋਚਦੇ ਕਿ ਯਾਰ ਮੈਂ ਜਿਹੜੀ ਗੱਲ ਸੋਚੀ ਸੀ ਸੱਚੀ ਹੋ ਗਈ ਉਹ। ਅਤੇ ਇੱਕ ਚੀਜ਼ ਹੋਰ ਜੇ ਆਪਾਂ ਪੋਜ਼ਿਟਿਵ ਚੀਜ਼ ਦੀ ਗੱਲ ਕਰੀਏ, ਕਈ ਵਾਰ ਅਸੀਂ ਕਿਸੇ ਆਪਣੇ ਯਾਰ ਦੋਸਤ ਨੂੰ ਯਾਦ ਕਰ ਰਹੇ ਹੁੰਦੇ ਜਿਸ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੁੰਦਾ ਤਾਂ ਉਸਦੀ ਕਾਲ ਆ ਜਾਂਦੀ ਆ ਅਤੇ ਆਪਾਂ ਉਹਨੂੰ ਕਹਿੰਦੇ ਕਿ ਵੀਰੇ ਤੇਰੀ ਉਮਰ ਬਹੁਤ ਲੰਬੀ ਹੈ, ਤੈਨੂੰ ਯਾਦ ਹੀ ਕਰ ਰਹੇ ਸੀ, ਤੇਰਾ ਫੋਨ ਆ ਗਿਆ। ਸੋ ਕਦੇ ਸੋਚਿਆ ਕਿ ਇਹ ਕਿਸ ਤਰ੍ਹਾਂ ਹੁੰਦਾ, ਕੀ ਕਾਰਨ ਆ, ਕਿਉਂ ਇਸ ਤਰ੍ਹਾਂ ਹੁੰਦਾ? ਤਾਂ ਦੋਸਤੋ ਇਸ ਪਿੱਛੇ ਇੱਕ ਬਹੁਤ ਵੱਡਾ ਲੌਜਿਕ ਆ, ਇਹ ਯੂਨੀਵਰਸ ਦਾ ਲੌਜਿਕ ਆ। ਦੋਸਤੋ ਤੁਸੀਂ ਇੱਕ ਬਾਲੀਵੁੱਡ ਮੂਵੀ ਆਈ ਸੀ ਓਮ ਸ਼ਾਂਤੀ ਓਮ, ਉਹ ਦੇਖੀ ਹੋਵੇ ਸ਼ਾਇਦ, ਜੋ ਮੂਵੀ ਸੀ ਸ਼ਾਹਰੁਖ ਖਾਨ ਸਾਹਿਬ ਦੀ, ਉਸ ਵਿੱਚ ਇੱਕ ਡਾਇਲੋਗ ਸੀ, ਕਹਿੰਦੇ ਹੈ ਅਗਰ ਕਿਸੀ ਚੀਜ਼ ਕੋ ਦਿਲ ਸੇ ਚਾਹੋ ਤੋ ਪੂਰੀ ਕਾਇਨਾਤ ਉਸੇ ਤੁਮਸੇ ਮਿਲਾਨੇ ਕੀ ਕੋਸ਼ਿਸ਼ ਮੇਂ ਲੱਗ ਜਾਤੀ ਹੈ। ਤੋ ਦੋਸਤੋ ਵਾਕਈ ਗੱਲ ਸੱਚੀ ਆ, ਜੋ ਚੀਜ਼ ਨੂੰ ਅਸੀਂ ਦਿਲ ਤੋਂ ਚਾਹੁੰਦੇ ਹਾਂ ਉਹ ਚੀਜ਼ ਸਾਨੂੰ ਵਾਕਿਆ ਹੀ ਮਿਲਦੀ ਆ, ਪੂਰੀ ਕਾਇਨਾਤ ਪੂਰੀ ਕੁਦਰਤ ਉਸ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੀ ਆ। ਸੋ ਦੋਸਤੋ ਫਿਰ ਅਸੀਂ ਕਿਸ ਤਰ੍ਹਾਂ ਕਿਸੇ ਚੀਜ਼ ਨੂੰ ਹਾਸਲ ਕਰ ਸਕਦੇ ਹਾਂ, ਕੀ ਇਹ ਪੂਰਾ ਲੌਜਿਕ ਆ? ਤਾਂ ਦੋਸਤੋ ਇਹ ਸਾਰਾ ਕਾਰਨ ਹੈ ਪੋਜ਼ਿਟਿਵ ਅਤੇ ਨੈਗੇਟਿਵ ਥਿੰਕਿੰਗ ਦਾ। ਜੇ ਅਸੀਂ ਪੋਜ਼ਿਟਿਵ ਸੋਚਦੇ ਹਾਂ ਸਾਡੇ ਨਾਲ ਪੋਜ਼ਿਟਿਵ ਹੁੰਦਾ, ਜੇਕਰ ਅਸੀਂ ਕੋਈ ਚੀਜ਼ ਨੈਗੇਟਿਵ ਸੋਚਦੇ ਹਾਂ ਸਾਡੇ ਨਾਲ ਨੈਗੇਟਿਵ ਹੁੰਦੀ ਆ। ਦੋਸਤੋ ਸਾਡਾ ਦਿਮਾਗ ਟੂ ਟਾਈਪਸ ਦਾ ਹੁੰਦਾ, ਇੱਕ ਹੁੰਦਾ ਕੌਨਸ਼ੀਅਸ ਮਾਈਂਡ, ਇੱਕ ਹੁੰਦਾ ਸਬ ਕੌਨਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਕੀ ਹੁੰਦਾ? ਜਦੋਂ ਅਸੀਂ ਜਾਗਦੇ ਹੁੰਦੇ ਹਾਂ ਜਾਂ ਅਸੀਂ ਕੋਈ ਪ੍ਰੈਜੈਂਟ ਵਿੱਚ ਕੰਮ ਕਰ ਰਹੇ ਹੁੰਦੇ ਹਾਂ ਉਹ ਦਿਮਾਗ ਕੰਮ ਕਰਦਾ ਰਹਿੰਦਾ, ਸੋ ਜਦੋਂ ਅਸੀਂ ਸੌਂ ਜਾਂਦੇ ਹਾਂ ਤਾਂ ਉਹ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ। ਪਰ ਜੋ ਸਬ ਕੌਨਸ਼ੀਅਸ ਮਾਈਂਡ ਹੁੰਦਾ ਉਹ 24 ਘੰਟੇ ਕੰਮ ਕਰਦਾ, ਅਸੀਂ ਜਾਗ ਰਹੇ ਹਾਂ ਤਾਂ ਵੀ ਉਹ ਦਿਮਾਗ ਕੰਮ ਕਰਦਾ, ਚਾਹੇ ਅਸੀਂ ਸੋ ਜਾਈਏ ਤਾਂ ਵੀ ਉਹ ਦਿਮਾਗ ਕੰਮ ਕਰਦਾ ਰਹਿੰਦਾ। ਪਰ ਦੋਸਤੋ ਜੋ ਚੀਜ਼ਾਂ ਸਾਡੇ ਸਬ ਕੌਨਸ਼ੀਅਸ ਮਾਈਂਡ ਦੇ ਵਿੱਚ ਫਿੱਟ ਹੋ ਜਾਂਦੀਆਂ, ਫੀਡ ਹੋ ਜਾਂਦੀਆਂ, ਤਾਂ ਦੋਸਤੋ ਉਹੀ ਚੀਜ਼ਾਂ ਸਾਨੂੰ ਰਿਜ਼ਲਟ ਦਿੰਦੀਆਂ। ਜਦੋਂ ਅਸੀਂ ਕੋਈ ਚੀਜ਼ਾਂ ਕੰਟੀਨਿਊਸਲੀ ਆਪਣੇ ਬਾਰੇ ਬੁਰੀਆਂ ਬੋਲਦੇ ਰਹਿੰਦੇ ਹਾਂ, ਨੈਗੇਟਿਵ ਬੋਲਦੇ ਰਹਿੰਦੇ ਹਾਂ, ਸੋ ਅਸੀਂ ਆਪਣੇ ਦੁਸ਼ਮਣ ਆਪ ਬਣ ਜਾਂਦੇ, ਸਾਡੀ ਸੋਚ ਆਪਣੀ ਦੁਸ਼ਮਣ ਆਪ ਬਣ ਜਾਂਦੀ ਆ। ਕਿਉਂਕਿ ਦੋਸਤੋ ਜੋ ਚੀਜ਼ਾਂ ਅਸੀਂ ਨੈਗੇਟਿਵ ਬੋਲਦੇ ਹਾਂ ਸਾਡੇ ਸਬ ਕੌਨਸ਼ੀਅਸ ਮਾਈਂਡ ਦੇ ਵਿੱਚ ਫੀਡ ਹੋ ਜਾਂਦੀ, ਜੋ ਸਬ ਕੌਨਸ਼ੀਅਸ ਮਾਈਂਡ ਆ ਉਹ ਯੂਨੀਵਰਸ ਕੁਦਰਤ ਨੂੰ ਮੈਸੇਜ ਭੇਜਦਾ, ਜੋ ਚੀਜ਼ਾਂ ਅਸੀਂ ਕਹੀਆਂ ਹੁੰਦੀਆਂ ਸਾਨੂੰ ਉਹੀ ਵਾਪਸ ਮਿਲਦੀਆਂ। ਜੇਕਰ ਅਸੀਂ ਸਾਰਾ ਦਿਨ ਇਹੀ ਰੋਂਦੇ ਰਹਿੰਦੇ ਹਾਂ ਕਿ ਸਾਡੇ ਕੋਲ ਪੈਸੇ ਨਹੀਂ, ਅਸੀਂ ਬਹੁਤ ਦੁਖੀ ਹਾਂ, ਅਸੀਂ ਗਰੀਬ ਹਾਂ, ਮੇਰੇ ਕਿਸੇ ਨਾਲ ਰਿਲੇਸ਼ਨ ਨਹੀਂ ਚੰਗੇ ਜਾਂ ਮੈਨੂੰ ਸਾਰੇ ਬੁਰਾ ਕਹਿੰਦੇ ਆ, ਤਾਂ ਦੋਸਤੋ ਉਹ ਗੱਲ ਸਾਡੇ ਸਬ ਕੌਨਸ਼ੀਅਸ ਮਾਈਂਡ ਵਿੱਚ ਫਿੱਟ ਹੋ ਜਾਂਦੀ ਹੈ, ਫਿਕਸ ਹੋ ਜਾਂਦੀ ਹੈ, ਫੀਡ ਹੋ ਜਾਂਦੀ ਆ, ਅਤੇ ਸਬ ਕੌਨਸ਼ੀਅਸ ਮਾਈਂਡ ਉਸੇ ਤਰ੍ਹਾਂ ਉਹ ਮੈਸੇਜ ਯੂਨੀਵਰਸ ਨੂੰ ਭੇਜਦਾ, ਅਤੇ ਉਸੇ ਤਰ੍ਹਾਂ ਲੋਕ ਸਾਨੂੰ ਬੁਰਾ ਭਲਾ ਵੀ ਕਹਿੰਦੇ ਆ, ਸਾਡੇ ਕੋਲ ਪੈਸੇ ਵੀ ਨਹੀਂ ਆਉਂਦੇ, ਅਸੀਂ ਗਰੀਬ ਰਹਿੰਦੇ ਹਾਂ। ਪਰ ਦੋਸਤੋ ਜੇਕਰ ਅਸੀਂ ਇਹ ਗੱਲਾਂ ਕਹਿਣੀਆਂ ਬੰਦ ਕਰ ਦਈਏ, ਜੋ ਆਪਣੇ ਬਾਰੇ ਅਸੀਂ ਬੁਰਾਈ ਕਹਿਣੇ ਆ ਜਾਂ ਬੁਰੀਆਂ ਗੱਲਾਂ ਕਹਿਣੇ ਆ ਉਹ ਛੱਡ ਕੇ ਅਸੀਂ ਇਹ ਕਹੀਏ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਮੈਂ ਤੰਦਰੁਸਤ ਹਾਂ, ਵਾਹਿਗੁਰੂ ਜੀ ਨੇ ਮੇਰੇ 'ਤੇ ਬਹੁਤ ਕਿਰਪਾ ਕੀਤੀ ਆ, ਮੈਨੂੰ ਵਾਹਿਗੁਰੂ ਨੇ ਸਭ ਕੁਝ ਦਿੱਤਾ, ਮੈਂ ਆਪਣੇ ਜੀਵਨ ਵਿੱਚ ਖੁਸ਼ ਹਾਂ, ਤੰਦਰੁਸਤ ਹਾਂ, ਅਮੀਰ ਹਾਂ। ਅਤੇ ਇਹੀ ਚੀਜ਼ਾਂ ਸਾਡੇ ਜਿਹੜੇ ਸਬ ਕੌਨਸ਼ੀਅਸ ਮਾਈਂਡ ਦੇ ਵਿੱਚ ਹੌਲੀ ਹੌਲੀ ਫੀਡ ਹੋ ਜਾਂਦੀਆਂ, ਇਸੇ ਤਰ੍ਹਾਂ ਫਿਰ ਸਬ ਕੌਨਸ਼ੀਅਸ ਮਾਈਂਡ ਜਿਹੜਾ ਮੈਸੇਜ ਆ ਉਹ ਯੂਨੀਵਰਸ
ਯੂਨੀਵਰਸ ਨੂੰ ਭੇਜਦਾ ਤੇ ਜਦੋਂ ਉਹ ਮੈਸੇਜ ਯੂਨੀਵਰਸ ਨੂੰ ਭੇਜਦਾ ਤੇ ਉਸੇ ਤਰ੍ਹਾਂ ਸਾਡੇ ਕੋਲੇ ਖੁਸ਼ੀਆਂ ਅਮੀਰੀ ਤੰਦਰੁਸਤੀ ਆਉਂਦੀ ਆ ਸੋ ਦੋਸਤੋ ਕਿਸ ਤਰ੍ਹਾਂ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਟ੍ਰੇਨ ਕਰ ਸਕਦੇ ਹੋ ਤਾਂ ਦੋਸਤੋ ਉਸ ਲਈ ਤੁਹਾਨੂੰ ਕੀ ਕਰਨਾ ਹੋਊ ਸਵੇਰ ਜਦੋਂ ਤੁਸੀਂ ਅੱਖਾਂ ਖੋਲਦੇ ਹੋ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਇਹੀ ਕਹਿਣਾ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਅਮੀਰ ਹਾਂ ਮੈਂ ਤੰਦਰੁਸਤ ਹਾਂ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸਭ ਕੁਝ ਦਿੱਤਾ ਮੈਨੂੰ ਤੰਦਰੁਸਤੀ ਦਿੱਤੀ ਆ ਅਮੀਰੀ ਦਿੱਤੀ ਆ ਮੈਂ ਖੁਸ਼ ਹਾਂ ਮੇਰੇ ਕੋਲ ਸਭ ਕੁਝ ਆ ਦੁਨੀਆ ਦੀ ਹਰ ਇੱਕ ਖੁਸ਼ੀ ਆ ਜਿੰਨਾ ਮੈਨੂੰ ਪੈਸਾ ਚਾਹੀਦਾ ਮੇਰੇ ਕੋਲ ਪੈਸਾ ਸੋ ਇਸੇ ਤਰ੍ਹਾਂ ਆਪਣੀ ਮਿਹਰ ਬਣਾਈ ਰੱਖਣੀ ਮੈਂ ਚਾਹੁੰਦਾ ਕਿ ਮੈਂ ਇਸੇ ਤਰ੍ਹਾਂ ਖੁਸ਼ ਰਹਾਂ ਤੰਦਰੁਸਤ ਰਹਾਂ ਅਮੀਰ ਰਹਾਂ ਤੇ ਹਰ ਇੱਕ ਦਾ ਮੈਂ ਭਲਾ ਕਰ ਸਕਾਂ ਹਰ ਇੱਕ ਦੇ ਨਾਲ ਮੈਂ ਖੜ ਸਕਾਂ ਜਿਸ ਨੂੰ ਵੀ ਮੇਰੀ ਲੋੜ ਆ ਤੇ ਮੈਂ ਹਮੇਸ਼ਾ ਹੀ ਅੱਗੇ ਵੱਧਦਾ ਰਹਾਂ ਸੋ ਇਸ ਤਰ੍ਹਾਂ ਜਦੋਂ ਤੁਸੀਂ ਸੋਚੋਗੇ ਇਸ ਤਰ੍ਹਾਂ ਤੁਸੀਂ ਗੱਲ ਕਰੋਗੇ ਸਵੇਰ ਉੱਠ ਕੇ ਤਾਂ ਉਹ ਚੀਜ਼ ਤੁਹਾਨੂੰ ਰਿਜ਼ਲਟ ਦੇਊਗੀ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹੀ ਚੀਜ਼ ਫੀਡ ਹੋ ਜੂਗੀ ਤੇ ਇਸੇ ਤਰ੍ਹਾਂ ਦੋਸਤੋ ਸੌਣ ਤੋਂ ਪਹਿਲਾਂ ਵੀ ਤੁਸੀਂ ਇਹੀ ਗੱਲ ਦੁਹਰਾਉਣੀ ਹੈ ਕਿ ਮੈਂ ਬਹੁਤ ਤੰਦਰੁਸਤ ਹਾਂ ਮੈਂ ਖੁਸ਼ ਹਾਂ ਮੈਂ ਅਮੀਰ ਹਾਂ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਆਪਣੇ ਬਾਰੇ ਕਿ ਮੈਂ ਬਹੁਤ ਜ਼ਿਆਦਾ ਇੰਟੈਲੀਜੈਂਟ ਹਾਂ ਇਸੇ ਤਰ੍ਹਾਂ ਤੁਸੀਂ ਗੱਲਾਂ ਕਰਨੀਆਂ ਤੇ ਇਹ ਚੀਜ਼ਾਂ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਫੀਡ ਹੋ ਜਾਣਗੀਆਂ ਨਾਲ ਦੇ ਤੁਸੀਂ ਦੋਸਤੋ ਜੋ ਵੀ ਚੀਜ਼ ਕਹਿ ਰਹੇ ਹੋ ਜੋ ਵੀ ਗੱਲ ਕਰ ਰਹੇ ਹੋ ਉਸ ਨੂੰ ਵਿਜ਼ੁਅਲਾਈਜ਼ ਜ਼ਰੂਰ ਕਰਨਾ ਜੇਕਰ ਤੁਸੀਂ ਜਲਦੀ ਜਾਂ ਆਪਾਂ ਕਹਿ ਦਿੰਦੇ ਫਾਸਟ ਰਿਜ਼ਲਟ ਲੈਣਾ ਚਾਹੁੰਦੇ ਹਾਂ ਜੇਕਰ ਤੁਸੀਂ ਕੋਈ ਵੀ ਚੀਜ਼ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਤੁਸੀਂ ਵਿਜ਼ੁਅਲਾਈਜ਼ ਕਰਨਾ ਕਿ ਹਾਂ ਵਾਕਈ ਤੁਹਾਨੂੰ ਉਹ ਚੀਜ਼ ਮਿਲ ਗਈ ਆ ਜਦੋਂ ਤੁਸੀਂ ਸਵੇਰ ਉੱਠਦੇ ਹੋ ਤਾਂ ਤੁਸੀਂ ਜੇ ਮੰਨ ਲਓ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਲਾਸ ਵਿੱਚੋਂ ਫਸਟ ਆਓ ਤਾਂ ਤੁਸੀਂ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਵਿਜ਼ੁਅਲਾਈਜ਼ ਕਰਨਾ ਕਿ ਤੁਸੀਂ ਫਸਟ ਆ ਚੁੱਕੇ ਹੋ ਤੇ ਤੁਹਾਡਾ ਮਤਲਬ ਕਿ ਉਸ ਤਰ੍ਹਾਂ ਰਿਜ਼ਲਟ ਆਇਆ ਤੁਸੀਂ ਹੁਣ ਫਸਟ ਹੋ ਤਾਂ ਤੁਸੀਂ ਪੂਰੀ ਖੁਸ਼ੀ ਮਨਾ ਰਹੇ ਹੋ ਜੇਕਰ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਇਨਕਮ ਡਬਲ ਹੋ ਜਾਏ ਇਸ ਸਾਲ ਤੁਹਾਡੀ ਸਾਲ ਦੀ 20 ਜਾਂ 40 ਲੱਖ ਰੁਪਇਆ ਇਨਕਮ ਸੀ ਤੁਸੀਂ ਚਾਹੁੰਦੇ ਹੋ ਕਿ ਨੈਕਸਟ ਈਅਰ ਮੇਰੀ 80 ਲੱਖ ਹੋਵੇ ਤਾਂ ਤੁਸੀਂ ਉਸੇ ਤਰ੍ਹਾਂ ਵਿਜ਼ੁਅਲਾਈਜ਼ ਕਰੋ ਚੈੱਕ ਦੇਖੋ ਜਿੱਥੇ ਤੁਹਾਡਾ ਬੈਂਕ ਬੈਲੈਂਸ ਆਪਣੇ ਦਿਮਾਗ ਦੇ ਵਿੱਚ ਵਿਜ਼ੁਅਲਾਈਜ਼ ਕਰੋ ਕਿ ਤੁਹਾਡੇ ਕੋਲ 80 ਲੱਖ ਆ ਗਿਆ ਤਾਂ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਦੋਸਤੋ ਕਾਫੀ ਲੋਕਾਂ ਨੂੰ ਇਹ ਗੱਲਾਂ ਹਾਸੋਹੀਣੀਆਂ ਲੱਗਦੀਆਂ ਹੋਣੀਆਂ ਕਿ ਇਹ ਝੂਠ ਆ ਪਰ ਦੋਸਤੋ ਇਹ ਜੋ ਮੈਂ ਗੱਲਾਂ ਕਹਿ ਰਿਹਾ ਇਹ ਬਿਲਕੁਲ ਆਪਣੇ ਵੱਲੋਂ ਨਹੀਂ ਕਹਿ ਰਿਹਾ ਦੋਸਤੋ ਇਹ ਬੁੱਕ ਆ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਜਿਸ ਵਿੱਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਡਾ ਸਬਕੌਂਸ਼ੀਅਸ ਮਾਈਂਡ ਕੰਮ ਕਰਦਾ ਕਿਸ ਤਰ੍ਹਾਂ ਪੋਜ਼ਿਟਿਵ ਥਿੰਕਿੰਗ ਦਾ ਵਧੀਆ ਇੰਪੈਕਟ ਪੈਂਦਾ ਕਿਸ ਤਰ੍ਹਾਂ ਅਸੀਂ ਸਫਲ ਹੁੰਦੇ ਹਾਂ ਇਹ ਚੀਜ਼ਾਂ ਦੋਸਤੋ ਮੈਂ ਖੁਦ ਨੇ ਆਪਣੇ ਜੀਵਨ ਦੇ ਵਿੱਚ ਵੀ ਅਪਣਾ ਕੇ ਦੇਖੀਆਂ ਅਤੇ ਤੁਸੀਂ ਸੱਚ ਜਾਣਿਓ ਮੈਨੂੰ ਇਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਰਿਜ਼ਲਟ ਮਿਲਿਆ ਕਿਉਂਕਿ ਦੋਸਤੋ ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਐਕਸਪੀਰੀਅੰਸ ਕਰਦੇ ਹਾਂ ਪ੍ਰੈਕਟੀਕਲ ਕਰਦੇ ਹਾਂ ਤਾਂ ਹੌਲੀ ਹੌਲੀ ਇਹਨਾਂ ਚੀਜ਼ਾਂ ਦਾ ਸਾਨੂੰ ਰਿਜ਼ਲਟ ਮਿਲਣ ਲੱਗ ਪੈਂਦਾ ਸੋ ਦੋਸਤੋ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਦੀ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਬੁੱਕ ਜ਼ਰੂਰ ਪੜ੍ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਫਲ ਬਣਨਾ ਅਮੀਰ ਬਣਨਾ ਆਪਣੇ ਜੀਵਨ ਵਿੱਚ ਖੁਸ਼ ਰਹਿਣਾ ਤਾਂ ਇਸ ਬੁੱਕ ਨੂੰ ਪੜ੍ਹੋ ਇਸ ਬੁੱਕ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਬਹੁਤ ਹੀ ਸਸਤੀ ਜੀ ਬੁੱਕ ਆ ਪਰ ਜੇ ਤੁਸੀਂ ਇਸ ਨੂੰ ਪੜ੍ਹ ਲੈਂਦੇ ਹੋ ਤਾਂ ਤੁਸੀਂ ਜ਼ਰੂਰ ਸਫਲ ਹੋਵੋਗੇ ਕਾਮਯਾਬ ਹੋਵੋਗੇ ਕਿਉਂਕਿ ਦੋਸਤੋ ਜੇਕਰ ਕਾਮਯਾਬ ਹੋਣਾ ਤਾਂ ਸਾਨੂੰ ਮਿਹਨਤ ਕਰਨੀ ਪੈਂਦੀ ਆ ਹਮੇਸ਼ਾ ਚੰਗਾ ਸੋਚਣਾ ਪੈਂਦਾ ਜੇਕਰ ਦੋਸਤੋ ਤੁਸੀਂ ਹਮੇਸ਼ਾ ਚੰਗਾ ਸੋਚੋਗੇ ਤਾਂ ਤੁਹਾਡੇ ਨਾਲ ਚੰਗਾ ਹੀ ਹੋਊਗਾ ਜੇਕਰ ਅਸੀਂ ਬੁਰਾ ਸੋਚਦੇ ਹਾਂ ਸਾਡੇ ਨਾਲ ਬੁਰਾ ਹੁੰਦਾ ਸੋ ਕਦੇ ਵੀ ਬੁਰਾ ਨਾ ਸੋਚੋ ਕਿਸੇ ਨਾਲ ਜੈਲਸੀ ਨਾ ਕਰੋ ਜੇਕਰ ਅਸੀਂ ਕਿਸੇ ਨਾਲ ਜੈਲਸੀ ਕਰਦੇ ਹਾਂ ਤਾਂ ਸਾਨੂੰ ਉਸ ਦਾ ਵੀ ਬੁਰਾ ਰਿਜ਼ਲਟ ਮਿਲਦਾ ਸੋ ਹਮੇਸ਼ਾ ਕਹੋ ਕਿ ਜੋ ਵਾਹਿਗੁਰੂ ਨੇ ਦਿੱਤਾ ਵਧੀਆ ਦਿੱਤਾ ਇਸ ਨਾਲ ਹੀ ਤੁਸੀਂ ਕਾਮਯਾਬ ਹੋਵੋਗੇ ਕਾਫੀ ਲੋਕ ਕਹਿੰਦੇ ਆ ਕਿ ਫਲਾਣੇ ਬੰਦੇ ਨਾਲ ਮੇਰੀ ਨਹੀਂ ਬਣਦੀ ਉਹ ਮੇਰੇ ਬਾਰੇ ਬੁਰਾ ਸੋਚਦਾ ਬੁਰਾ ਬੋਲਦਾ ਤੁਸੀਂ ਦੋਸਤੋ ਆਪਣੇ ਦਿਲ 'ਤੇ ਹੱਥ ਰੱਖ ਕੇ ਦੇਖਿਓ ਕਿ ਤੁਸੀਂ ਉਸ ਬਾਰੇ ਕੀ ਸੋਚਦੇ ਹੋ ਜੇਕਰ ਤੁਸੀਂ ਉਸ ਬੰਦੇ ਬਾਰੇ ਬੁਰਾ ਸੋਚੋਗੇ ਤਾਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਯੂਨੀਵਰਸ ਵਿੱਚ ਮੈਸੇਜ ਭੇਜੂਗਾ ਅਤੇ ਉਹੀ ਮੈਸੇਜ ਉਸ ਬੰਦੇ ਤੱਕ ਵੀ ਜਾਊਗਾ ਕਿ ਹਾਂ ਜੇ ਇਹ ਬੰਦਾ ਬੁਰਾ ਸੋਚਦਾ ਤਾਂ ਮੈਂ ਵੀ ਉਹਦੇ ਬਾਰੇ ਬੁਰਾ ਸੋਚਣਾ ਆਟੋਮੈਟਿਕਲੀ ਉਹ ਤੁਹਾਡੇ ਬਾਰੇ ਬੁਰਾ ਸੋਚੂਗਾ ਜੇਕਰ ਤੁਸੀਂ ਕਿਸੇ ਬੰਦੇ ਬਾਰੇ ਚੰਗਾ ਸੋਚੋਗੇ ਤਾਂ ਇਹ ਕਦੇ ਨਹੀਂ ਹੋ ਸਕਦਾ ਕਿ ਉਹ ਤੁਹਾਡੇ ਬਾਰੇ ਚੰਗਾ ਨਾ ਸੋਚੇ ਤਾਂ ਦੋਸਤੋ ਤੁਹਾਡਾ ਜੀਵਨ ਬਦਲ ਸਕਦਾ ਸੋ ਇਸ ਤਰ੍ਹਾਂ ਜੇਕਰ ਤੁਸੀਂ ਕਾਮਯਾਬ ਹੋਣਾ ਤਾਂ ਤੁਸੀਂ ਹਮੇਸ਼ਾ ਪੋਜ਼ਿਟਿਵ ਸੋਚੋ ਅਤੇ ਇੱਕ ਚੰਗਾ ਮੈਸੇਜ ਯੂਨੀਵਰਸ ਨੂੰ ਭੇਜੋ ਕਦੇ ਵੀ ਆਪਣੇ ਬਾਰੇ ਨੈਗੇਟਿਵ ਨਾ ਸੋਚੋ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਾਡੀ ਸੋਚ ਹੀ ਸਾਡਾ ਦੁਸ਼ਮਣ ਆ ਸੋ ਕਹਿੰਦੇ ਆ ਕਿ ਸੋਚ ਬਦਲੋ ਅਤੇ ਸੰਸਾਰ ਬਦਲੋ ਸੋ ਆਪਣੀ ਸੋਚ ਬਦਲ ਕੇ ਤੁਸੀਂ ਕੁਝ ਵੀ ਕਰ ਸਕਦੇ ਹੋ ਜਿੰਨੇ ਵੀ ਸਫਲ ਲੋਕ ਆ ਉਹ ਹਮੇਸ਼ਾ ਆਪਣੇ ਬਾਰੇ ਪੋਜ਼ਿਟਿਵ ਸੋਚਦੇ ਆ ਆਪਣੇ ਬਾਰੇ ਉਹ ਕਦੇ ਵੀ ਨੈਗੇਟਿਵ ਨਹੀਂ ਸੋਚਦੇ ਅਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਕਾਮਯਾਬ ਹੋਣਾ ਸਫਲ ਹੋਣਾ ਖੁਸ਼ਹਾਲ ਹੋਣਾ ਤਾਂ ਦੀ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਬੁੱਕ ਇੱਕ ਵਾਰ ਜ਼ਰੂਰ ਰੀਡ ਕਰੋ ਮੈਨੂੰ 100% ਉਮੀਦ ਆ ਕਿ ਤੁਹਾਨੂੰ ਰਿਜ਼ਲਟ ਮਿਲੂਗਾ ਤੁਸੀਂ ਉਸ ਤੋਂ ਬਹੁਤ ਕੁਝ ਸਿੱਖ ਸਕੋ ਕਿਉਂਕਿ ਜਦੋਂ ਮੈਂ ਇਸ ਬੁੱਕ ਨੂੰ ਪੜ੍ਹਿਆ ਸੀ ਤਾਂ ਮੈਨੂੰ ਖੁਦ ਨੂੰ ਹੈਰਾਨੀ ਹੋਈ ਸੀ ਕਿ ਇਸ ਤਰ੍ਹਾਂ ਵੀ ਹੁੰਦਾ ਸੋ ਦੋਸਤੋ ਇਸ ਬੁੱਕ ਨੂੰ ਜ਼ਰੂਰ ਪੜ੍ਹੋ ਨਾਲ ਦੀ ਨਾਲ ਦੀ ਥਿੰਕ ਐਂਡ ਗਰੋ ਰਿਚ ਇਹ ਬੁੱਕ ਵੀ ਪੜ੍ਹ ਸਕਦੇ ਹੋ ਇਹ ਦੋਨੋਂ ਬੁੱਕਸ ਹਿੰਦੀ ਵਿੱਚ ਵੀ ਅਵੇਲੇਬਲ ਅਤੇ ਇੰਗਲਿਸ਼ ਵਿੱਚ ਵੀ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਇਹਨਾਂ ਦੋਨਾਂ ਨੂੰ ਉਸ ਲੈਂਗੁਏਜ ਦੇ ਵਿੱਚ ਪੜ੍ਹ ਸਕਦੇ
ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਬੰਦਾ ਕਿਉਂਕਿ ਤੁਹਾਡਾ ਇੱਕ ਲਾਈਕ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਹੋਰ ਵੀ ਵਧੀਆ ਵਧੀਆ ਵੀਡੀਓ ਬਣਾਉਣ ਲਈ ਅਤੇ ਇਸ ਵੀਡੀਓ ਹੇਠਾਂ ਕਮੈਂਟ ਕਰਕੇ ਤੁਸੀਂ ਇਹ ਜ਼ਰੂਰ ਦੱਸਿਓ ਕਿ ਜੋ ਗੱਲਾਂ ਆਪਾਂ ਇਸ ਵੀਡੀਓ ਵਿੱਚ ਕੀਤੀਆਂ ਤੁਸੀਂ ਮੰਨਦੇ ਹੋ ਕਿ ਉਹ ਗੱਲਾਂ ਸੱਚ ਹੁੰਦੀਆਂ ਜਿਵੇਂ ਆਪਾਂ ਕਿਹਾ ਸੀ ਕਈ ਵਾਰੀ ਆਪਾਂ ਸੋਚਦੇ ਹਾਂ ਕਿਤੇ ਟ੍ਰੈਫਿਕ ਨਾ ਮਿਲ ਜੇ ਜਾਂ ਕੋਈ ਸਾਡਾ ਕੋਈ ਐਗਜ਼ਾਮ ਦੇ ਵਿੱਚ ਅਸੀਂ ਲੇਟ ਨਾ ਹੋ ਜਾਈਏ ਉਸੇ ਤਰ੍ਹਾਂ ਹੋ ਜਾਂਦਾ ਜਾਂ ਸਾਨੂੰ ਕਈ ਵਾਰੀ ਫਰੈਂਡ ਦੀ ਕਾਲ ਆ ਜਾਂਦੀ ਆ ਕਿ ਤੁਹਾਨੂੰ ਵੀ ਕਦੇ ਤੁਸੀਂ ਕਿਸੇ ਆਪਣੇ ਯਾਰ ਦੋਸਤ ਨੂੰ ਯਾਦ ਕੀਤਾ ਤੇ ਉਸਦੀ ਕਾਲ ਆ ਗਈ ਹੋਵੇ ਸੋ ਇਹ ਜ਼ਰੂਰ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਿਓ ਸੋ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਵੀ ਇਸ ਨੌਲੇਜ ਬਾਰੇ ਪਤਾ ਲੱਗ ਸਕੇ ਅਤੇ ਹੋਰ ਤਾਜ਼ਾ ਅਪਡੇਟਸ ਲਈ ਇਸ ਵੀਡੀਓ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇੰਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਂ ਇੱਕ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਜੇਕਰ ਤੁਸੀਂ YouTube ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ਜਾਂ ਫੇਮਸ ਹੋਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਲਈ ਕੋਰਸ ਲੈ ਕੇ ਆਇਆ YouTube ਮਾਸਟਰੀ ਕੋਰਸ ਇਹ ਕੋਰਸ 699 ਰੁਪਏ ਦਾ ਇਸ ਕੋਰਸ ਵਿੱਚ ਮੈਂ ਉਹ ਸਿਖਾਇਆ ਜੋ ਆਪਣੇ 9 ਸਾਲ YouTube ਕਰੀਅਰ ਤੋਂ ਸਿੱਖਿਆ ਇਸ ਕੋਰਸ ਨੂੰ ਜੁਆਇਨ ਕਰਕੇ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ